ਪੁਲ ਤੇ ਦੋ ਔਰਤਾਂ ਤੇ ਬੱਚੇ ਨੂੰ ਦਰੜ ਗਈ ਤੇਜ਼ ਰਫ਼ਤਾਰ ਕਾਰ। ਵੇਖੋ ਕਿਵੇਂ ਹੋਇਆ ਇਹ ਖੌਫਨਾਕ ਹਾਦਸਾ। ਤਾਂ ਦੱਸ ਦੇ ਕਿ ਪੁਲ ਤੇ ਦੋ ਔਰਤਾਂ ਤੇ ਇੱਕ ਮਾਸੂਮ ਬੱਚਾ ਸੜਕ ਤੇ ਖੜੇ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਇਹਨਾਂ ਤਿੰਨਾਂ ਜੀਆਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਤਿੰਨੋਂ ਕਰੀਬ 20 ਤੋਂ 25 ਮੀਟਰ ਦੂਰ ਜਾ ਕੇ ਡਿੱਗਦੇ ਨੇ ਤੇ ਇਸ ਘਟਨਾ ਦੇ ਵਿੱਚ ਇਹਨਾਂ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਨੇ ਇਹਨਾਂ ਤਿੰਨਾਂ ਨੂੰ ਭਿਆਨਕ ਟੱਕਰ ਮਾਰੀ ਹੈ ਤਾਂ ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਪੁਲਿਸ ਨੇ ਹੁਣ ਇਹਨਾਂ ਨੂੰ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਮ੍ਰਿਤਕ ਦੇ ਸਰੀਰਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਭਿਜਵਾ ਦਿੱਤਾ ਹੈ। ਤਾਂ ਦੱਸ ਦੇ ਕਿ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਮ੍ਰਿਤਕ ਦੇ ਸਾਥੀ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਉਹ ਮ੍ਰਿਤਕ ਦੋ ਔਰਤਾਂ ਅਤੇ ਮਾਸੂਮ ਬੱਚੇ ਦੇ ਨਾਲ ਚੰਡੀਗੜ੍ਹ ਹਾਈ ਕੋਰਟ ਤੋਂ ਤਰੀਕ ਭੁਗਤ ਕੇ ਵਾਪਸ ਆ ਰਹੇ ਸੀ ਤਾਂ ਸਮਰਾਲਾ ਬਾਈਪਾਸ ਦੇ ਕੋਲ ਬਣੇ ਪੁਲ ਤੇ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਯਾਦ ਆਇਆ ਕਿ ਆਪਣਾ ਹੈਲਮੈਟ ਉਹ ਪਿੱਛੇ ਭੁੱਲ ਆਇਆ ਜਿੱਥੇ ਅਸੀਂ ਪਹਿਲਾਂ ਰੁਕੇ ਸੀ। ਤਾਂ ਉਹ ਇਹਨਾਂ ਨੂੰ ਪੁਲ ਦੇ ਕਿਨਾਰੇ ਤੇ ਖੜਾ ਕੇ ਆਪਣਾ ਹੈਲਮੈਟ ਲੈਣ ਚਲਾ ਜਾਂਦਾ ਹੈ ਤਾਂ ਵਾਪਸ ਆ ਕੇ ਦੇਖਦਾ ਹੈ ਤਾਂ ਇਹਨਾਂ ਤਿੰਨਾਂ ਜੀਆਂ ਨੂੰ ਤੇਜ਼ ਰਫ਼ਤਾਰ ਕਾਰ ਟੱਕਰ ਮਾਰ ਜਾਂਦੀ ਹੈ ਤੇ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਤਾਂ ਮੌਕੇ ਤੇ ਪਹੁੰਚੀ SI ਨੇ ਦੱਸਿਆ ਕਿ ਸਾਨੂੰ ਘਟਨਾ ਦੀ ਸੂਚਨਾ ਮਿਲੀ ਸੀ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਦੁਰਘਟਨਾ ਦੇ ਵਿੱਚ ਦੋ ਔਰਤਾਂ ਤੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ ਤੇ ਮ੍ਰਿਤਕ ਦੇ ਸਰੀਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ। ਪਿੱਛੇ ਗੱਡੀ ਵਾਲਾ ਮਰ ਗਿਆ। ਆਪ ਕਹਾਂ ਸੇ ਆਏ ਥੇ? ਜੀ ਅਸੀਂ ਵਹਾਂ ਸੇ ਆਏ ਥੇ, ਅਸੀਂ ਲੁਧਿਆਣੇ ਸੇ ਗਏ ਸਵੇਰੇ ਉੱਥੇ ਮੰਦਰ ਨੂੰ ਹਾਈ ਕੋਰਟ, ਠੀਕ ਹੈ, ਉੱਥੇ ਗਵਾਈ ਸੀਗੀ ਕੁੜੀ ਉੱਥੇ ਗਈ ਸੀਗੀ। ਇਹਨਾਂ ਨਾਮ ਕੀ ਆਪੇ ਦੋਨੋਂ? ਇੱਕ ਤਾਂ ਪੂਜਾ ਸੀਗਾ ਤੇ ਆਂਟੀ ਕਾ ਮੈਂ ਪੁੱਛ ਕੇ ਦੱਸ। ਠੀਕ ਹੈ, ਬੱਚਾ ਦਾ? ਬੱਚਾ ਛੋਟਾ ਸੀਗਾ। ਉਸਦਾ ਕੀ ਨਾਮ? ਉਹਨੂੰ ਜਿੰਨੀ ਜਾਣ ਕਹਿੰਦੇ ਸੀਗੇ। ਅਬ ਆਪ ਯਹਾਂ ਪੂ ਕਰ ਕੇ ਗਏ? ਹਾਂਜੀ ਹਾਂਜੀ। ਨਹੀਂ ਉਹ ਕਹਿੰਦੇ ਹੱਥ ਪੈ ਸਿੱਧੇ ਹੋ ਜਾਏਗੇ ਮੇਰੇ, ਬੈਠੇ ਥੇ ਨਾ ਉਹ। ਉਨਕੇ ਘਰ ਮੇ ਔਰ ਕੌਨ ਕੌਨ? ਉਨਕੇ ਹਸਬੈਂਡ ਹੈ। ਪਤਾ ਕਰਨਾ ਜੀ ਦੇਣਾ? ਅਭੀ ਪਤਾ ਨਹੀਂ। ਕਿਤਨੀ ਉਮਰ? ਕਿਤਨੀ ਉਮਰ ਤੋਂ ਜੀ ਵੋਈ ਬਤਾ ਮੇਰੇ ਕੋ ਆਈਡੀਆ ਨਹੀਂ। ਇਹ ਬਾਈਪਾਸ ਦੇ ਉੱਪਰ ਜਿਹੜਾ ਨਾਲ ਫਲਾਈਓਵਰ ਆ ਜੇ ਸਾਡੇ ਸਾਹਮਣੇ ਸਾਡੇ ਦੀ ਫੈਕਟਰੀ ਆ ਤੇ ਮੈਨੂੰ ਇੱਕਦਮ ਹਿੱਟ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆ ਕੇ ਦੇਖਿਆ ਤਾਂ ਗੱਡੀ ਤਕਰੀਬਨ 100-150 ਦੀ ਸਪੀਡ ਤੇ ਆ ਰਹੀ ਸੀ ਤੇ ਤਿੰਨ ਦੋ ਲੇਡੀਜ਼ ਤੇ ਇੱਕ ਬੱਚਾ ਪੁਲ ਦੇ ਉੱਪਰ ਨੀਚੇ ਵਾਲੇ ਪਾਸੇ ਨੂੰ ਦੇਖ ਰਿਹਾ ਸੀ ਤੇ ਇਹਨੇ ਪਿੱਲਰ ਦੇ ਨਾਲ ਉਹਨੂੰ ਹਿੱਟ ਕਰਕੇ ਘੜੀ ਦਵਾਈ ਲੈ ਕੇ ਗਿਆ ਸੀ ਗੱਡੀ ਵਾਲਾ। ਇਹਨਾਂ ਦੀ ਮੌਕੇ ਤੇ ਮੌਤ ਹੋ ਗਈ। ਕਾਰ ਓਵਰ ਸਪੀਡ ਸੀਗੀ ਤੇ ਜਦੋਂ ਅਸੀਂ ਗੱਡੀ ਆ ਡਰਾਈਵਰ ਨੀਚੇ ਉਤਰਿਆ ਤਾਂ ਅਸੀਂ ਸਮੈਲ ਕੀਤਾ ਤਾਂ ਉਹਦੀ ਡਰਿੰਕ ਕੀਤੀ ਹੋਈ ਸੀ। ਬਿਲਕੁਲ, ਜਦੋਂ ਬਾਕੀ ਉਹਦੀ ਚੈਕਿੰਗ ਕੀਤੀ ਗਈ ਤਾਂ ਉਹਦੀ ਜੇਬ ਤੋਂ ਕੈਪਸੂਲ ਵੀ ਨਿਕਲੇ। ਜੀ ਜੀ, ਪ੍ਰਵਾਸੀ ਲੱਗਦੇ ਮੈਨੂੰ। ਹਾਂਜੀ, ਮੈਂ ਦੇਸ਼ ਕੇ ਸਿੰਘ, ਮੈਂ PVR 112 ਤੇ ਡਿਊਟੀ ਕਰ ਰਿਹਾ ਸਮਰਾਲੇ ਏਰੀਆ 'ਚ। ਘਟਨਾ ਵਾਪਰੀ ਹੈ, ਤਿੰਨ ਜਣੇ ਮੌਤ ਹੋਈ ਹੈ ਬਾਈਪਾਸ ਤੇ। ਜੀ, ਕੀ ਮਾਮਲਾ? ਅਸੀਂ ਇੱਥੇ ਚੌਂਕ 'ਚ ਖੜੇ ਸੀਗੇ, ਸਾਨੂੰ ਕਾਲ ਆਈ 112 ਤੋਂ, ਕਹਿੰਦੇ ਇੱਥੇ ਐਕਸੀਡੈਂਟ ਹੋ ਗਿਆ। ਅਸੀਂ ਤੁਰੰਤ ਉੱਥੋਂ ਜਦ ਕੱਢਿਆ ਗੱਡੀ ਕੱਢੀ, ਉਹ ਕਹਿੰਦੇ ਵੀ 100 ਇੱਥੇ ਪੁੱਛਿਆ ਉਹਨਾਂ ਨੂੰ ਵੀ ਕਿੱਥੋਂ ਹੋਇਆ, ਕੀ ਗੱਲ ਹੋਈ। ਉਹ ਕਹਿੰਦੇ ਐਕਸੀਡੈਂਟ ਹੋ ਗਿਆ ਚਾਲਾਂ ਪੁਲ ਦੇ ਉੱਪਰ। ਅਸੀਂ ਜਦੇ ਤਕਰੀਬਨ ਸਾਨੂੰ 2 ਮਿੰਟ ਲੱਗੇ ਹੋਣਗੇ, 2-2.5 ਮਿੰਟ। ਜਦੋਂ ਅਸੀਂ ਉਰੇ ਪਹੁੰਚੇ ਜਾ ਕੇ ਦੇਖਿਆ ਦੋ ਲੇਡੀਜ਼ ਸੀਗੀਆਂ, ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਹੀ। ਬਹੁਤ ਬੁਰੀ ਤਰ੍ਹਾਂ ਮਤਲਬ ਉਹਨਾਂ ਦਾ ਸੀਗਾ ਹੋਇਆ ਐਕਸੀਡੈਂਟ, ਅਤੇ ਇੱਕ ਛੋਟਾ ਬੱਚਾ ਸੀਗਾ 2.5 ਸਾਲ ਦਾ ਹੋਊਗਾ।
ਉਹਦੀ ਇੱਕ ਲੱਤ ਕੱਟੀ ਗਈ ਤੇ ਉਹ ਵੀ ਡੈਡ ਸੀਗਾ। ਹਾਂ ਇਹ ਵੈਸੇ ਲੁਧਿਆਣੇ ਦੇ ਰਹਿਣੇ ਵਾਲੇ ਆ, ਹੈਗੇ ਪ੍ਰਵਾਸੀ ਨੇ, ਉੱਦਾਂ ਪਿੱਛੋਂ ਉੱਤਰਾਖੰਡ ਯੂਪੀ ਦੇ ਨੇ ਤੇ ਇਹ ਪਤਾ ਲੱਗਿਆ ਹਜੇ ਤੱਕ। ਘਟਨਾ ਦੇ ਕੋਲ ਕਿਹੜੇ ਜੋ ਲੋਕ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਜੋ ਕਾਰ ਵਾਲਾ ਓਵਰ ਸਪੀਡ ਤੇ ਸੀ ਤੇ ਨਸ਼ਾ ਕੀਤਾ ਹੋਇਆ ਸੀ, ਠੀਕ ਹੈ। ਵੈਸੇ ਤਾਂ ਉਹ ਓਵਰ ਸਪੀਡ ਦੱਸਦੇ ਨੇ ਤੇ ਬਾਕੀ ਉਹਨੂੰ ਲੈ ਗਏ, ਅਸੀਂ ਮੌਕੇ ਤੇ ਫੜ ਲਿਆ ਉਹਨੂੰ ਵੀ, ਮੌਕੇ ਤੇ ਫੜ ਕੇ ਹੁਣ ਥਾਣੇ ਲੈ ਗਏ ਆ, ਬਾਕੀ ਜੋ ਵੀ ਕਾਰਵਾਈ ਬਣਦੀ ਆ ਉਹ ਕਰਨਗੇ, ਹੈ ਨਾ।